मारवाड़ी दुद्ध दंद दे करता है ना, यही चक्कर हो गया, ये पक्का ही हो गया, लॉक हो गया सर। हां लॉक है, बेनती करांगे जतन सरीन जी नो, जिस तरह असि दस चुके हैं कि एस एस बैस दे मालिक ने जिन्हां ने शो नंबर 448 इस मुकाबले दे विचों 10वें नंबर ते आए जी, शो नंबर 441। हां जी, शो नंबर 441 असी जगन सरेन जी नूं बेनती कीती सी आगे मारवाड़ी खीरे बछेरिया दा मुकाबला शुरू होण जा रिहा, इस तों बाद उन्हां दे मालकां नूं बेनती आ कि मैडिकल चेकअप दे लई छेदी तों छेदी रिंग दे बाहरले पासे ले आओ जी, मारवाड़ी बछेरे दुद्ध दंद। हां जी, बलवीर सिंह बलवंत सिंह ने जिहड़ा अगला प्राइज नैमा जित्तिया जी, ओह साडे विचकार आ रहे ने। 424 नंबर 8वें नंबर ते जी, 424 सॉरी शो नंबर 424 424 शो नंबर रिंग दे सेंटर ते स्थान प्राप्त कीता जिन्हां ने नाइंथ पोजीशन, बलवीर सिंह पिंड अठवां नंबर मोटे पखवाल बलवीर सिंह जिन्हां ने नौवां स्थान प्राप्त किया, तारियां मार के हौसला बजाई करो यार। बलवंत सिंह पखवाल लुधियाना, हां जी अठवीं पोजीशन आ जी, जसविंदर सिंह वाला दराका इन्हां ने अठवीं पोजीशन प्राप्त कीती है जी, आ जाओ आ जाओ, शो नंबर 237 बाई जी इधर दिओ भाई जी, नाल होयो थोड़ा जा, ਇਹ 8ਵੀਂ ਪੋਜੀਸ਼ਨ ਹੈ ਜੀ, ਇਸ ਤੋਂ ਬਾਅਦ 7ਵੀਂ ਪੋਜੀਸ਼ਨ ਵਾਲੇ ਨੇੜੇ ਆ ਜਾ ਜੀ, ਹੋ ਗਈ ਲਾਜੋ ਜੀ, ਆ ਜਾ ਵੀਰ ਜੀ, ਸ਼ਕੀਲ ਬਲੇਰ ਕੋਟਲਾ ਜੀ ਹੌਸਲਾ ਬਜਾਈ ਕਰੋ ਜੀ, ਤਾੜੀਆਂ ਮਾਰ ਕੇ ਸਰ ਨਾਲ ਹੋ ਜਾਓ ਜੀ ਥੋੜਾ ਜਿਹਾ, ਇਹ 7ਵੀਂ ਪੋਜੀਸ਼ਨ ਹਾਸਲ ਕੀਤੀ ਹੈ ਮਾਰਵਾੜੀ ਸੌਰੀ ਨੁਕਰਾ ਕੋਟ ਦੇ ਵਿੱਚੋਂ ਦੁੱਧ ਦੰਦ। 6ਵੀਂ ਪੋਜੀਸ਼ਨ ਆ ਰਹੇ ਜੀ, ਸ਼ੋਅ ਨੰਬਰ 520 ਚੌਥੇ ਨੰਬਰ ਤੇ ਆ ਜੀ, ਸ਼ੋਅ ਨੰਬਰ 520 6ਵੀਂ ਜਿਹੜੀ ਪੋਜੀਸ਼ਨ ਆ ਪਵਿੱਤਰ ਸਿੰਘ ਢਿੱਲੋਂ ਤੋਂ ਇਹਨਾਂ ਨੇ ਪ੍ਰਾਪਤ ਕੀਤੀ ਹੈ ਜੀ,
ਭਾਈ ਇੱਧਰ ਘਮਾਓ ਜੀ ਇੱਧਰ ਲੈ ਪੋਜੀਸ਼ਨ ਬੜੀ ਵਧੀਆ ਖੜਨ ਦੀ ਇਹ ਕੋਰਟ ਨੇ ਸ਼ੋ ਨੰਬਰ 520 ਚੌਥੇ ਨੰਬਰ ਤੇ ਜੀ ਤਲਵੰਡੀ ਮਲਕ ਤੋਂ ਦਲਜੀਤ ਸਿੰਘ ਸੇਖੋਂ ਇਹਨਾਂ ਦੇ ਵਛੇਰੇ ਨੇ ਪੰਜਵਾਂ ਇਨਾਮ ਪ੍ਰਾਪਤ ਕੀਤਾ ਜੀ ਬਹੁਤ ਬਹੁਤ ਵਧਾਈ ਹੋਵੇ ਇਹਨਾਂ ਨੂੰ ਭੁਪਿੰਦਰ ਸਿੰਘ ਡੋੜ ਵਾਲੇ ਜਿਨ੍ਹਾਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਇਸ ਕੰਪੀਟੀਸ਼ਨ ਦੇ ਵਿੱਚੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਰਸ ਮੀਡੀਅਮ ਸੋਸਾਇਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ ਸਨਮਾਨਿਤ ਕਰ ਰਹੇ ਨੇ ਸਰੋ ਫੁੱਲੀ ਫੁਲਕਾਰੀ ਤੀਜੀ ਸੋ ਪਹਿਲੀ ਪੁਜੀਸ਼ਨ ਜਿਹੜੀ ਹਾਸਲ ਕੀਤੀ ਹੈ ਜਿਹੜਾ ਆਪਣੀ ਕੈਟਾਗਰੀ ਚ ਚੈਂਪੀਅਨ ਹੈ ਆਪਣੀ ਕੈਟਾਗਰੀ ਚ ਵਿਨਰ ਹੋ ਕੇ ਆਏ ਨੇ ਔਰੀ ਕਰ ਲੈ ਯਾਰ ਉੱਥੇ ਡਰਦਾ ਘੋੜਾ ਮਾਰਵਾੜੀ ਵਛੇਰਿਆਂ ਦੇ ਮਾਲਕਾਂ ਨੂੰ ਬੇਨਤੀ ਹੈ ਜੀ ਕਿ ਪਲੀਜ਼ ਆਪਦੇ ਵਛੇਰਿਆਂ ਨੂੰ ਰੈਡੀ ਕਰਕੇ ਛੇਤੀ ਤੋਂ ਛੇਤੀ ਰਿੰਗ ਦੇ ਬਾਹਰ ਲੈ ਕੇ ਆਓ ਜੀ ਸਤਿ ਸ਼੍ਰੀ ਅਕਾਲ ਮੈਡੀਕਲ ਬਾਈ ਜੀ ਚੈੱਕਅਪ ਕਰਵਾਉਣ ਤੋਂ ਬਾਅਦ ਰੈਡੀ ਕਰਕੇ ਚੈੱਕਅਪ ਕਰਵਾਓ ਠੀਕ ਹੈ ਬਾਈ ਠੀਕ ਹੈ ਜੀ ਡਾਕਟਰ ਗੁਰਦੇਵ ਜੀ ਸੁਣਾਓ ਠੀਕ ਹੈ ਜੀ ਡਾਕਟਰ ਗੁਰਦੇਵ ਜੀ ਬਾਈ ਜੀ ਰਿੰਗ ਖਾਲੀ ਹੋ ਚੁੱਕੀ ਹੈ ਜੀ ਵਛੇਰੇ ਉੱਤੇ ਐਂਟਰ ਹੋਣ ਲਾ ਦਿਓ ਰਿੰਗ ਖਾਲੀ ਹੋ ਚੁੱਕੀ ਹੈ ਹਲੇ ਤਾਂ ਤੁਹਾਡਾ ਜਿੱਤਿਆ ਲੱਤਾਂ ਮਾਰੀ ਜਾਂਦਾ ਓਏ ਜੇ ਮਗਰ ਆ ਜਾਂਦਾ ਕੀ ਖੇਖਣ ਕਰਨੀ ਤੁਸੀਂ